ਇੱਕ ਵਾਰ ਫਿਰ ਤੋਂ ਹੋ ਜਾਓ ਸਾਵਧਾਨ ਕਿਉਂਕਿ ਖਤਰਾ ਅਜੇ ਵੀ ਟਲਿਆ ਨਹੀਂ ਪੰਜਾਬ ਦੇ ਵਿੱਚ ਇੰਨਾ ਤਰੀਕਾ ਤੱਕ ਜਾਰੀ ਹੋ ਗਿਆ ਮੀਂ ਦਾ ਵੱਡਾ ਲਟ ਜਾਣੋ ਐਤਵਾਰ ਤੱਕ ਕਿਹੋ ਜਿਹਾ ਰਹੇਗਾ ਮੌਸਮ ਦਾ ਮિજાਜ ਪੰਜਾਬ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ ਮੌਸਮ ਦੇ ਵਿੱਚ ਵੱਡਾ ਫੇਰਬਦਲ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਦੇ ਕਦਾਜੀ ਤੁਹਾਨੂੰ ਕਿ ਚੰਡੀਗੜ੍ਹ ਮੌਸਮ ਕੇਂਦਰ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ 21 ਤੋਂ 24 ਜੁਲਾਈ ਤੱਕ ਮੀਂਹ ਸੰਬੰਧੀ ਅਲਰਟ ਜਾਰੀ ਕੀਤਾ ਹੈ 21 ਅਤੇ 22 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉੱਤੇ ਹੀ 21 ਤੋਂ 24 ਦੌਰਾਨ ਜਿਹੜਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਕੁਝ ਥਾਵਾਂ ਦੇ ਉੱਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਚਾਰੀਏ ਦਾਜੀ ਤੁਹਾਨੂੰ ਕਿ ਵੀਰਵਾਰ ਵੱਦ ਤੋਂ ਵੱਧ ਤਾਪਮਨ 36.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਉੱਤੇ ਕਿ ਕਿਤਲਾ ਤਾਪਮਨ 28.6 ਡਿਗਰੀ ਜਿਹੜਾ ਦਰਜ ਕੀਤਾ ਗਿਆ ਢੀਗੜ ਮੌਸਮ ਵਿਭਾਗ ਦੇ ਲੌਂਗ ਫੋਰਕਾਸਟ ਦੇ ਵਿੱਚ ਵੇਖੀਏ ਤਾਂ 24 ਜੁਲਾਈ ਤੱਕ ਮੀਂਹ ਦੇ ਅਸਰ ਬਣੇ ਹੋਏ ਨੇ ਪਹਿਲੀ ਜੂਨ ਤੋਂ ਹੁਣ ਤੱਕ ਕੁੱਲ 734.1 mm ਜਿਹੜਾ ਮੀਂਹ ਪੈ ਚੁੱਕਿਆ ਹੈ ਇਹ ਸੀਜ਼ਨਲ ਮੀਂਹ ਤੋਂ 126% ਤੋਂ ਜ਼ਿਆਦਾ ਤਕੜਾ ਰਿਕਾਰਡ ਕੀਤਾ ਗਿਆ ਅੱਗੇ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਹੁਣ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇ ਦਿੰਦੇ ਹਾਂ ਅਦਾਜ਼ੀ ਤੁਹਾਨੂੰ ਕਿ ਅਗਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਪੂਰੀ ਤਰ੍ਹਾਂ ਬਦਲ ਸਕਦਾ ਹੈ ਮੌਸਮ ਬਦਲਣ ਦੇ ਅਸਰ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਦਿਖਾਈ ਦੇ ਰਹੇ ਨੇ ਕਿਉਂਕਿ ਸ਼ੁੱਕਰਵਾਰ ਬੱਦਲ ਜਾਂ ਦੇ ਨਾਲ-ਨਾਲ ਮੀਂਹ ਦੇ ਅਸਰ ਵੀ ਦਿਖਾਈ ਦੇ ਰਹੇ ਨੇ ਵੱਤਵਾ ਤਾਪਮਨ 37 ਹੈ ਜਦੋਂ ਕਿ ਹੇਠਲਾ ਤਾਪਮਨ ਜਿਹੜਾ 29 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ ਸ਼ਨੀਵਾਰ ਬੱਦਲ ਰਹਿਣ ਦੀ ਸੰਭਾਵਨਾ ਤੇ ਨਾਲ ਕਿ ਨਾਲ ਜ਼ਬਰਦਸਤ ਮੀਂਹ ਪੈਣ ਦੇ ਵੀ ਅਸਰ ਪ੍ਰਗਟ ਕੀਤੇ ਗਿਆ ਵਾਤਵਾਰ ਤਾਪਮਨ 34 ਜਦੋਂ ਕਿ ਹੇਠਲਾ ਤਾਪਮਨ ਜਿਹੜਾ 28 ਡਿਗਰੀ ਸੈਲਸੀਅਸ ਰਹਿਣ ਦੇ ਅਸਰ ਦਿਖਾਈ ਦੇ ਰਹੇ ਨੇ ਉਥੇ ਕੀ ਐਤਵਾਰ ਨੂੰ ਵੀ ਬੱਦਲ ਛਾਏ ਰਹਿਣ ਦੀ ਉਮੀਦ ਜਿਹੜੀ ਜਿਤਾਈ ਜਾ ਰਹੀ ਤੇ ਨਾਲ ਕੀ ਨਾਲ ਮੀਂਹ ਦੇ ਵਿੱਚ ਜ਼ਬਰਦਸਤ ਅਸਰ ਦਿਖਾਈ ਦੇ ਰਿਹਾ ਵੱਤਵਾ ਤਾਪਮਾਨ 31 ਜਦਕਿ ਹੇਠਾ ਤਾਪਮਾਨ ਜਿਹੜਾ 27 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਅਨੁਮਾਨ ਜਿਹੜਾ ਲਗਾਏ ਜਾ ਰਹੇ ਕਿ ਐਤਵਾਰ ਦਾ ਜੋ ਤਾਪਮਾਨ ਹੈ 27 ਡਿਗਰੀ ਸੈਲਸੀਅਸ ਤੱਕ ਦਾ ਦਰਜ ਕੀਤਾ ਜਾ ਸਕਦਾ ਤਾਂ ਮੌਸਮ ਦੇ ਵਿੱਚ ਇੱਕ ਵਾਰ ਫੇਰ ਤੋਂ ਵੱਡਾ ਫੇਰ ਬਦਲ ਹੋਏ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਮੌਸਮ ਹੈ ਜਿਹੜਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਆਪਣਾ ਮિજાਜ ਬਦਲ ਚੁੱਕਿਆ ਹੈ ਮੌਸਮ ਨੇ ਕਰਵਟ ਲਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਜਿਹੜਾ ਠੰਡਾ ਠਾਰ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਮੀਂਹ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ ਉੱਥੇ ਕਿ ਪਿਛਲੇ 2 ਤੋਂ 2.5 ਹਫ਼ਤਿਆਂ ਤੋਂ ਵੀ ਪੰਜਾਬ ਦੇ ਵਿੱਚ ਮੌਸਮ ਜਿਹੜਾ ਕਾਫੀ ਜ਼ਿਆਦਾ ਬਦਲਿਆ ਹੋਇਆ ਬਾੜ ਦੀ ਜਿਹੜੀ ਸਥਿਤੀ ਹੈ ਪੂਰੀ ਪੈਦਾ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਉੱਥੇ ਕਿ ਇੱਕ ਵਾਰ ਇੱਕ ਪਾਸੇ ਬਾੜ ਦੀ ਸਥਿਤੀ ਪੈਦਾ ਹੋਈ ਹੈ ਤਾਂ ਦੂਜੇ ਪਾਸੇ ਪੰਜਾਬ ਦਾ ਜਦੋਂ ਮੌਸਮ ਬਦਲਦਾ ਤਾਂ ਮੌਸਮ ਬਦਲਣ ਤੋਂ ਬਾਅਦ ਜਿਹੜਾ ਬਾੜ ਦਾ ਪਾਣੀ ਘਟਦਾ ਜਿਹੜੇ ਹਾਲਾਤ ਕਾਬੂ ਦੇ ਵਿੱਚ ਆਏ ਹੁੰਦੇ ਆ ਮੀਂਹ ਤੋਂ ਬਾਅਦ ਉਹ ਹਾਲਾਤ ਜਿਹੜੇ ਨੇ ਫਿਰ ਤੋਂ ਵਿਗੜਨੇ ਸ਼ੁਰੂ ਪਰ ਫਿਰ ਤੋਂ ਤੁਹਾਨੂੰ ਅੰਦਾਜ਼ੇ ਕਿ ਪੰਜਾਬ ਦਾ ਮੌਸਮ ਜਿਹੜਾ ਹੁਣ ਬਦਲਣ ਵਾਲਾ ਹੈ ਐਤਵਾਰ ਤੱਕ ਮੀਂਹ ਦੀ ਸੰਭਾਵਨਾ ਜਿਹੜੀ ਪ੍ਰਗਟਾਈ ਗਈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ਼ ਹੁੰਦਾ ਜਾਂ ਫਿਰ ਨਹੀਂ ਇਹ ਤਾਂ ਫਿਲਹਾਲ ਹੋਣ ਵਾਲਾ ਸਮਾਂ ਕੀ ਦੱਸੇਗਾ